ਠੀਕ ਹੈ ਫਿਰ ਭਾਈ ਆ, ਅੱਲਾ ਹਾਫਿਜ਼। ਚੱਲੀਏ ਫਿਰ ਅਸੀਂ ਹੁਣ ਕਿੱਧਰ? ਹੁਣ ਪਹਿਲਾਂ ਖਾਲਾ ਘਰ ਜਾਣਾ, ਫਿਰ ਨਾਨੀ ਘਰ ਜਾਣਾ, ਅਤੇ ਫਿਰ ਜਿਹੜਾ ਚੈੱਕ ਕਰਾਂਗੇ, ਜੇ ਘਰ 'ਚ ਜਾਣਾ ਫਿਰ ਘਰ 'ਚ ਜਾਵਾਂਗੇ, ਨਹੀਂ ਤਾਂ ਫਿਰ ਸਿਆਲਕੋਟ ਜਾਵਾਂਗੇ। ਜਿਵੇਂ ਆਪਾਂ ਕਿਹਾ ਪਤਾ, ਮੈਂ ਘਰ ਕੋਈ ਨਹੀਂ, ਮੈਂ ਘਰ ਆਇਆ ਤੂੰ ਟਵਿੱਟਰ ਚੱਲੇ ਜਾ। ਹਾਏ ਹੋਏ, ਕੋਈ ਨਹੀਂ, ਆਹ ਤਾਂ ਮਾੜੀ ਹੈ, ਫਿਰ ਤਾਂ ਗੱਲ ਪਾ ਲੈਂਦੇ। ਠੀਕ ਹੈ ਫੌਜਾਂ, ਠੀਕ ਹੈ ਫਿਰ ਭਾਈ ਆ। ਅੱਛਾ ਜੀ, ਕਿੱਥੇ ਤਿਆਰ ਹੋ ਪਿਆ? ਹਾਂਜੀ, ਕਿੱਧਰ ਨੂੰ ਜਾਣਾ ਜੀ? ਹੁਣ ਖਾਲਾ ਘਰ ਚੱਲੇ ਹਾਂ ਪਹਿਲਾਂ। ਅੱਛਾ ਠੀਕ ਹੈ, ਜੇ ਵਾਪਸ ਆਇਆ ਤਾਂ ਫਿਰ ਮਿਲਾਂਗੇ, ਨਹੀਂ ਤਾਂ ਫਿਰ ਅੱਲਾ ਦੀ ਸਪੋਰਟਸ। ਅਤੇ ਉੱਥੋਂ ਕਿੱਧਰ ਨੂੰ ਜਾਣਾ? ਉੱਥੋਂ ਅੱਗੋਂ ਉੱਧਰ ਜਾਣਾ ਨਾਨੀ ਹੋਰਾਂ ਪਿੰਡ। ਚਲੋ ਠੀਕ ਹੈ ਫਿਰ, ਚਲੋ ਠੀਕ ਹੈ, ਅੱਲਾ ਹਾਫਿਜ਼। ਆਪਣੀ ਸਿਹਤ ਦਾ ਬਹੁਤ ਬਹੁਤ ਖਿਆਲ ਰੱਖੋ। ਅੱਛਾ, ਵਿਆਹ ਵੇਖਣਾ, ਬੋਟੀਆਂ ਖਾਣੀਆਂ, ਚੌਲ ਖਾਣੇ। ਅੱਛਾ ਠੀਕ ਹੈ, ਜੇ ਨਸੀਬ ਹੋਇਆ ਤਾਂ ਖਾਵਾਂਗੇ। ਯਾਰ ਦਾਦਾ ਜੀ, ਤੁਸੀਂ ਆਪਣੇ ਪਹਿਲਾਂ ਤੁਸੀਂ ਹਿੰਮਤ ਆ ਰਹੀ ਹੈ, ਵੇਖਿਓ ਮੇਰੀ ਦਾਦੀ ਵੱਲ। ਠੀਕ ਹੈ ਦਾਦੀ ਜੀ, ਖਾਵਾਂਗੇ ਨਾ, ਪੱਕੇ ਖਾਣੇ ਨੇ, ਇਨਸ਼ਾਅੱਲਾ ਦੇ ਹੁਕਮ ਨਾਲ ਖਾਵਾਂਗੇ। ਇਨਸ਼ਾਅੱਲਾ ਕਿਆ ਕਰੋ ਫਿਰ? ਆਪਣੀ ਸਿਹਤ ਦਾ ਬਹੁਤ ਬਹੁਤ ਖਿਆਲ ਰੱਖਿਆ ਕਰੋ। ਜੇ ਕੋਈ ਵੀ ਚੀਜ਼ ਚਾਹੀਦੀ, ਜੇ ਕਿਸੇ ਚੀਜ਼ ਦੀ ਲੋੜ ਹੋ ਜਾਂ ਕੋਈ ਚੀਜ਼ ਚਾਹੀਦੀ ਹੋਏ ਤੇ ਤੁਸੀਂ ਬਸ ਫੋਨ ਕਰਨਾ, ਠੀਕ ਹੈ? ਤੇ ਸਿਆਲਕੋਟ ਨਹੀਂ ਜਾਣਾ? ਜਾਵਾਂਗੇ, ਤੈਨੂੰ ਦੱਸਿਆ ਬਹੁਤ ਹੀ। ਵਿਆਹ ਤੋਂ ਪਹਿਲਾਂ ਨਹੀਂ ਜਾਣਾ? ਰੋਜ਼ ਨਹੀਂ, ਰੋਜ਼ ਨਹੀਂ ਜਾਇਆ ਜਾਂਦਾ। ਠੀਕ ਹੈ, ਲਾਫੀ, ਸਲਾਮ ਅਲੈਕੁਮ। ਸਲਾਮ ਉਸ ਹੱਥ ਨਾਲ, ਠੀਕ ਹੈ, ਸਲਾਮ ਅਲੈਕੁਮ, ਅਲਾਫੀਜ਼। ਬਾਣਾ ਜਿਹਾ ਭਾਈ ਯਾਰ, ਰਾਣੀ ਦੀ ਹਾਲਾ ਚੈੱਕ ਕਰੋ ਤੁਸੀਂ। ਓਏ ਤੇਰਾ ਦਿਮਾਗ ਠੀਕ ਹੈ ਡੰਗਰ ਇਨਸਾਨ? ਕਾਰ ਦਾ ਬੜਾ ਭੈਰਾ ਹਾਲ ਬਣਾਇਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਹੈ ਭਾਜੀ? ਠੀਕ ਹੋ? ਠੀਕ ਹੈ, ਤੂੰ ਸੁਣਾ? ਮੈਂ ਵੀ ਠੀਕ ਠਾਕ, ਮਾਸ਼ਾਅੱਲਾ ਬੜੇ ਪਿਆਰੇ ਲੱਗਣ ਡੇ ਅੱਜ। ਵਾਕਈ ਸ਼ੀਸ਼ਾ ਉੱਤੋਂ ਮੈਂ ਖੋਲ ਦਿੱਤਾ, ਗੱਲ ਵੱਧ ਗਈ। ਸ਼ਹਿਰ ਬਣ ਗਿਆ, ਅਸਲਾਮ ਅਲੈਕੁਮ, ਕੀ ਹਾਲ ਭਾਈ? ਉਹ ਮੇਰਾ ਖਾਲੂ, ਕੀ ਹਾਲ ਹੈ? ਸੋਹਣੇ ਹੋ ਗਏ ਮਾਸ਼ਾਅੱਲਾ ਭਾਈ। ਆਹ ਖਾਲੋ ਘਰ ਆ ਕੇ ਨਾ, ਪਾਣੀ ਛਾਣੀ ਪੀਣ ਤੋਂ ਬਾਅਦ ਸਿੱਧਾ ਅਸੀਂ ਆਏ ਹਾਂ ਰਾਣੀ ਨੂੰ ਧਵਾਉਣ ਵਾਸਤੇ। ਰਾਣੀ ਸਾਡੀ ਧੁੱਪਣ ਡਈ ਹੈ ਅਤੇ ਫਿਰ ਲੈ ਕੇ ਚੱਲਦੇ ਹਾਂ ਵਾਪਸ ਪਿੰਡ। ਉਹ ਗੱਡੀ ਸਹੀ ਧੁੱਪਣ ਡਈ ਹੈ, ਚਲ ਉੱਧਰ ਗੱਡੀ ਵੱਲ ਵੇਖੋ ਨਾ, ਤੁਸੀਂ ਗੱਡੀ ਵੱਲ ਧਿਆਨ ਰੱਖੋ। ਹਾਂ ਇਸ ਤਰ੍ਹਾਂ, ਇਸ ਤਰ੍ਹਾਂ ਗੋਲ ਨਾਲ ਵੇਖੋ ਕਿ ਸਹੀ, ਖਰਾਬ ਤਾਂ ਨਹੀਂ ਧੋਣ ਡੇ? ਹਾਂ ਹਾਂ ਧਿਆਨ ਨਾਲ ਭਾਈ। ਯਾਰ ਰਾਣੀ ਧੁੱਪ ਗਈ ਹੈ ਬਿਲਕੁਲ, ਜਿਹੜਾ ਨਾ ਨਵੀਂ ਲੱਗਣ ਡੀ, ਐਵੇਂ ਲੱਗਦਾ ਹੁਣ ਸ਼ੋਰੂਮ ਤੋਂ ਕਢਾ ਕੇ ਲਿਆਉਂਦੀ ਹੈ। ਝੋਂਛੇ ਦੇ ਵਿੱਚ ਬਹੀਏ ਕਿਉਂਕਿ ਬਾਹਰ ਗਰਮੀ ਬੜੀ ਹੈ, ਵਿੱਚ ਸਾਰਾ ਏਸੀ ਲੱਗਾ ਹੈ। ਉਹ ਸਕੂਨ ਲੱਭਾ, ਫੁੱਲ ਕਰੀ ਯਾਰ, ਜਲਦੀ ਕਰੀ ਫੁੱਲ। ਟਿਸ਼ੂ ਮਾਰਦੇ ਇੱਥੇ ਆ।
ਭਾਈ ਆ ਚਾਚੂ ਦਲਾਵਰ ਹੁੰਦੇ ਨਾ ਜਰਾ ਖਾਣ ਪੀਣ ਦੇ ਕਿਸੇ ਸੁਣਾਏ ਜਾ ਰਹੇ ਨੇ ਖਾਂਦੇ ਹੀ ਬਰਾ ਨੇ ਕਰਨਾ ਕਿ ਕਿਸੇ ਹੀ ਸੁਣਾਉਣੇ ਨੇ ਉਹ ਵੀ ਸੁਣਾਇਓ ਸਰ ਗੱਲ ਪੂਰੀ ਇਹਨੇ ਨਾ ਫਿਰ ਅੱਧਾ ਗਲਾਸ ਪਾਟ ਦਿੱਤਾ ਮੈਂ ਚਲੋ ਢਾਈ ਪੀਣੇ ਫਿਰ ਉਹਦੀ ਬੁੱਢੀ ਉਹਨੇ ਜਨੂੰ ਹੋਰ ਲੈ ਆਈ ਕੋਈ ਡਾਡਾ ਜਾਗ ਭਰਿਆ ਇਹਨੇ ਫਿਰ ਵੀ ਗਲਾਸ ਭਰ ਕੇ ਪੀਤਾ ਚੱਲ ਚਲਾ ਮੈਂ ਕਿਹਾ ਹੁਣ ਚੱਲ ਤੇ ਹੁਣ ਤੇ ਬੜਾ ਪੀ ਰਿਹਾ ਹੁਣ ਬਸ ਕੀਤਾ ਉਹ ਉੱਠਣ ਲੱਗਿਆ ਨਾ ਉੱਠਿਆ ਮੁੰਡਿਆ ਹੋਇਆ ਗਲਾਸ ਪਾ ਕੇ ਫਿਰ ਇੱਕ ਗਲਾਸ ਪੀ ਲਿਆ ਢਿੱਡ ਸੁੱਟੇ ਭਾਈਆ ਗੱਡੀ ਤਬਾਹ ਕੇ ਵਾਪਸ ਖਾਲੋ ਘਰ ਆ ਗਏ ਆ ਭਾਈਆ ਖਾਲੋ ਘਰ ਆ ਕੇ ਨਾ ਹੁਣ ਰੋਟੀ ਖਾਣ ਲੱਗੇ ਆ ਭਾਈਆ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਜਾਣਾ ਖਾਲੋ ਨਾ ਕੇ ਚੱਲੀਏ ਹੁਣ ਜਾਣਾ ਨਾਨੀ ਹੋਰਾਂ ਘਰ ਓਕਾ ਫਿਰ ਅੱਲਾ ਹਾਫਿਜ਼ ਹੁਣ ਓਕੇ ਹੋ ਪੱਕੀ ਗੱਲ ਅਸੀਂ ਜਾਈਏ ਫਿਰ ਨਾਨੀ ਪਿੰਡ ਨਾਨੀ ਪਿੰਡ ਚਲੋ ਠੀਕ ਹੈ ਫਿਰ ਸਵੇਰੇ ਮਿਲਣੇ ਆ ਫਿਰ ਅੱਛਾ ਚਲੋ ਓਕਾ ਭਾਈ ਆ ਇਸ ਟਾਈਮ ਅਸੀਂ ਉੱਪਰ ਗਏ ਤਾਂ ਦਲਾਵਰ ਕੇ ਘਰ ਠੀਕ ਹੈ ਫਿਰ ਤੁਸੀਂ ਦਲਾਵਰ ਹੋਰ ਹੁਣ ਰਹਿਣਗੇ ਆਪਣੇ ਘਰ ਤੇ ਚੱਲੇ ਨਾਨੀ ਪਿੰਡ ਆਏ ਤੇ ਰਾਤ ਦੇ ਵੱਜ ਕੇ ਨੇ ਦੱਸ ਚਲੋ ਠੀਕ ਹੈ ਲਾਫੇ ਚਲੋ ਦੱਸ ਛੱਡੋ ਬੜਾ ਠੀਕ ਹੈ ਲਾਫੇ ਲਾਫੇ ਟੇਕ ਕੇਅਰ ਚਲੋ ਬਈ ਜਾਣ ਦਿਓ ਗੱਡੀ ਗੇਟ ਉਹਦੇ ਘਰ ਦੇ ਚਾਚੂ ਨੇ ਖੋਲਿਆ ਨੀ ਉਹ ਜਨੇ ਗੇਟ ਖੋਲਦੇ ਤੇ ਆਜੋ ਉਹਨਾਂ ਨੂੰ ਨਹੀਂ ਚਾਹੀਦਾ ਰਾਤ 11:24 ਹੋ ਗਏ ਜੇ ਤੇ ਹੁਣ ਜਿਹੜਾ ਅਸੀਂ ਮੇਰੇ ਨਾਨੀ ਕੇ ਪਿੰਡ ਪੜੇ ਹਾਂ ਓਹੋ ਭਾਈਆ ਇਸ ਟਾਈਮ ਨਾ ਅਸੀਂ ਮੇਰੇ ਨਾਨੀ ਕੇ ਘਰ ਹਾਂ ਜਿਹੜਾ ਕੱਲ੍ਹ ਅਸੀਂ ਜਿਹੜੇ ਨਾਨੀ ਘਰ ਆਉਣ ਲੱਗੇ ਸੀ ਨਾ ਮੇਰੇ ਦਾਦਾ ਜਿਹੜੀ ਬਿਮਾਰ ਹੋ ਗਏ ਸਾਨੂੰ ਕਾਲ ਕੀਤੀ ਚਾਚੂ ਹੋਰਾਂ ਨੇ ਅਤੇ ਫਿਰ ਅਸੀਂ ਜਿਹੜਾ ਗਏ ਫਿਰ ਦਾਦਾ ਜੀ ਨੂੰ ਹਸਪਤਾਲ ਲੈ ਕੇ ਦਾਦਾ ਜੀ ਨੂੰ ਨਾ ਮਸਲਾ ਇਹ ਮਤਲਬ ਪਿਸ਼ਾਬ ਨਹੀਂ ਹੁੰਦਾ ਜਿਹੜੇ ਡਾਕਟਰਾਂ ਕੋਲ ਸਾਰੇ ਚੈੱਕਅਪ ਵਗੈਰਾ ਕਰਾਏ ਐਕਸਰੇ ਵਗੈਰਾ ਕਰਾਏ ਅਤੇ ਡਾਕਟਰਾਂ ਨੇ ਦਵਾਈ ਦਿੱਤੀ ਹੈ ਡਾਕਟਰ ਨੇ ਆਖਿਆ ਜੇ 6-7 ਦਿਨਾਂ 'ਚ ਜੇ ਆਰਾਮ ਆ ਗਿਆ ਠੀਕ ਨਹੀਂ ਤਾਂ ਆਪਰੇਸ਼ਨ ਹੋਏਗਾ ਅਤੇ ਦਵਾਈ ਲੈਣ ਦੀ ਚੈੱਕਅਪ ਵਗੈਰਾ ਜਿਹੜੇ ਨਾ ਚੱਲ ਰਿਹਾ ਤਕਰੀਬਨ 6-7 ਦਿਨ ਲਗਾਤਾਰ ਜਾਣਾ ਪਏਗਾ ਜੇ ਆਰਾਮ ਆ ਗਿਆ ਠੀਕ ਨਹੀਂ ਤਾਂ ਆਪਰੇਸ਼ਨ ਕਰਨਾ ਪਏਗਾ ਅਤੇ ਬਾਕੀ ਵੇਖੋ ਫਿਰ ਕੀ ਬਣਦਾ ਭਈਆ ਠੀਕ ਅੱਲਾ ਹਾਫਿਜ਼